ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਪਰ ਲੱਗਦਾ ਹੈ ਕਿ ਜਿਵੇਂ ਜ਼ਿਲ੍ਹਾ ਗੁਰਦਾਸਪੁਰ ਦਾ ਇਤਿਹਾਸਿਕ ਕਸਬਾ ਕਲਾਨੌਰ ਪੰਜਾਬ ਤੋਂ ਵੱਖ ਹੈ ਕਿਉਂਕਿ ਜਿੱਥੇ ਸਾਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਰੌਲਾ ਪਿਆ ਹੋਇਆ ਉੱਥੇ ਹੀ ਕਲਾਨੌਰ ਦੇ ਵਿੱਚ ਸ਼ਾਂਤੀ ਛਾਈ ਹੋਈ ਹੈ ਕਿਉਂਕਿ ਇੱਥੇ ਚੋਣਾਂ ਨਹੀਂ ਹੋ ਰਹੀਆਂ ਹਨ। ਦੱਸ ਦਈਏ ਕਿ ਕਲਾਨੌਰ ਕਸਬੇ 'ਚ 6 ਪੰਚਾਇਤਾਂ ਹਨ ਪਰ ਇੱਕ ਵੀ ਪੰਚਾਇਤ ਵਿੱਚ ਸਰਪੰਚੀ ਦੀ ਚੋਣ ਨਹੀਂ ਹੋਵੇਗੀ ਕਿਉਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਪੰਚਾਇਤ ਦੀ ਹੱਦਬੰਦੀ ਨਹੀਂ ਹੋਈ ਹੈ। ਦੱਸ ਦਈਏ ਕਿ ਕਲਾਨੌਰ ਕਸਬੇ ਦੀਆਂ 6 ਪੰਚਾਇਤਾਂ ਵਿੱਚ 2013 ਦੇ ਵਿੱਚ ਸਰਪੰਚੀ ਦੀਆਂ ਚੋਣਾਂ ਹੋਈਆਂ ਸਨ ਤੇ ਉਸ ਤੋਂ ਬਾਅਦ ਇਹ ਸਨ ਨਗਰ ਪਰਿਸ਼ਦ ਦੇ ਵਿੱਚ ਤਬਦੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਕਸਬੇ ਦਾ ਪ੍ਰਬੰਧਨ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਹੀ ਵੇਖਦਾ ਆ ਰਿਹਾ। ਇਸ ਵਾਰ ਵੀ BGPO ਵੱਲੋਂ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਗਿਆ ਕਿ ਪੂਰੀ ਹੱਦਬੰਦੀ ਨਾ ਹੋਣ ਕਾਰਨ ਇੱਥੇ ਸਰਪੰਚੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ। ਪੰਜਾਬ ਸਰਕਾਰ ਪੰਜਾਬ ਦੇ ਵਿੱਚ ਚੋਣਾਂ ਕਰਵਾਉਣ ਜਾ ਰਹੀ ਆ। ਕਲਾਨੌਰ ਦੇ ਵਿੱਚ ਪਿਛਲੇ 11 ਸਾਲਾਂ ਤੋਂ ਕੋਈ ਚੋਣ ਨਹੀਂ ਹੋਏ, 11 ਸਾਲਾਂ ਤੋਂ ਕੋਈ ਚੋਣ ਨਹੀਂ ਹੋਏ। ਹੁਣ ਵੀ ਇਹਨਾਂ ਨੇ ਕਲਾਨੌਰ ਤੋਂ ਵਾਂਝਿਆ ਰੱਖਣ ਵਾਸਤੇ ਆਪਣੀ ਗੰਦੀ ਸਿਆਸਤ ਖੇਡਦੇ ਹੋਇਆ ਵਾਰਡਬੰਦੀ ਦਾ ਬਹਾਨਾ ਦੇ ਕੇ ਕਲਾਨੌਰ ਦੀਆਂ ਪੰਚਾਇਤੀ ਚੋਣਾਂ ਰੱਦ ਕਰਨ ਦਾ ਫੈਸਲਾ ਲਿਆ। ਅਸੀਂ ਸਵੇਰ ਤੋਂ ਇੱਥੇ ਧਰਨੇ ਤੇ ਬੈਠੇ ਹੋਏ ਹਾਂ। ਕਲਾਨੌਰ ਅੱਜ ਮੁਕੰਮਲ ਤੌਰ ਤੇ ਬੰਦ ਹੈ, ਕਲਾਨੌਰ ਮੁਕੰਮਲ ਤੌਰ ਤੇ ਬੰਦ ਹੈ। ਸਾਰੇ ਸ਼ਹਿਰ ਵਾਸੀ ਇੱਥੇ ਬੈਠੇ ਹੋਏ ਜਿਨ੍ਹਾਂ 'ਚ ਕਿ ਬਹੁਤ ਗੁੱਸਾ ਤੇ ਰੋਸ ਪਾਇਆ ਜਾ ਰਿਹਾ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਅੱਧੇ ਘੰਟੇ ਦੇ ਵਿੱਚ ਆ ਕੇ ਸਾਡੀਆਂ ਮੰਗਾਂ ਮੰਨੀਆਂ ਜਾਣ, ਨਹੀਂ ਤੇ ਅਸੀਂ ਪਟਾਲਾ ਰੋਡ ਜਿਹੜਾ BDO ਬਲਾਕ ਦੇ ਬਾਹਰ ਜਾ ਕੇ ਅਸੀਂ ਸੜਕ ਜਾਮ ਕਰਾਂਗੇ। ਔਰ ਇਸ ਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਪ੍ਰਸ਼ਾਸਨ ਖੁਦ ਆਪ ਹੋਏਗਾ ਕਿਉਂਕਿ ਇਹ ਕਲਾਨੌਰ ਦੇ ਵਿੱਚ ਧੱਕੇਸ਼ਾਹੀ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਆ ਕਿਉਂਕਿ ਇੱਥੋਂ ਦੀ ਪੰਚਾਇਤ ਦਾ ਖਰਚਾ ਜੋ ਵੀ ਸੋਰਸਿਸ ਨੇ ਉਹ ਸਾਰੇ ਦੇ ਸਾਰੇ ਇਹ ਮਲੀਆਮੇਟ ਕਰਦੇ ਪਏ ਨੇ। ਇੱਥੋਂ ਦੇ ਫੰਡਸ ਜਿਹੜੇ ਨੇ ਉਹਦਾ ਮਿਸਯੂਜ਼ ਕਰਦੇ ਪਏ ਨੇ। ਇਹ ਚਾਹੁੰਦੇ ਹੀ ਨਹੀਂ, ਇਹ ਚਾਹੁੰਦੇ ਹੀ ਨਹੀਂ ਕਿ ਇੱਥੇ ਪੰਚਾਇਤ ਦੀ ਚੋਣ ਹੋਏ। ਇਹ ਇਹਨਾਂ ਦੀ ਗੰਦੀ ਸਿਆਸਤ ਦਾ ਹਿੱਸਾ, ਇਹਨਾਂ ਦੇ ਕੰਨ ਖੋਲਣ ਲਈ ਸਾਨੂੰ ਜੋ ਵੀ ਕਰਨਾ ਪਏਗਾ, ਜੋ ਵੀ ਸਾਨੂੰ ਕੜੇ ਤੋਂ ਕੜੇ ਕਦਮ ਉਠਾਉਣੇ ਪੈਣਗੇ ਉਹ ਉਠਾਓ।